ਗਿੱਪੀ ਸਾਹਿਬ ਨੂੰ ਤਾਂ ਆਲਰੇਡੀ ਤੁਸੀਂ ਪਾਕਿਸਤਾਨ ਦਾ ਵਿਜ਼ਿਟ ਕਰਵਾ ਚੁੱਕੇ ਹੋ। ਦਿਲਜੀਤ ਦੋਸਾਂਝ, ਉਹ ਵੀ ਪੰਜਾਬੀ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਉਹ ਸਿੰਗਰ ਹੈ, ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਕਦੋਂ ਟਾਈਮ ਆਏਗਾ ਕਿ ਜਦੋਂ ਪਾਕਿਸਤਾਨੀ ਅਦਾਕਾਰ ਉੱਧਰ ਅਤੇ ਉੱਧਰ ਦੇ ਇੱਧਰ ਹੋਣ। ਨਹੀਂ, ਮੇਰੀ ਦਿਲਜੀਤ ਨਾਲ ਤਾਂ ਕੋਈ ਨਹੀਂ ਹੋਈ, ਅਤੇ ਹਾਂ ਉਹਦੇ ਨਾਲ ਹੁੰਦਾ ਮੁੰਡਾ ਜਿਹੜਾ ਉਹਨੂੰ ਮੈਨੇਜ ਕਰਦਾ, ਉਹ ਫਰੈਂਡ ਹੈ ਆਪਣਾ, ਇੰਸਟਾਗ੍ਰਾਮ 'ਤੇ ਕਦੀ ਕਿਤੇ ਗੱਲਬਾਤ ਹੁੰਦੀ ਰਹਿੰਦੀ, ਲੇਕਿਨ ਇਸ ਤਰ੍ਹਾਂ ਦਾ ਹਾਲੇ ਤੱਕ ਉਹਨਾਂ ਵੱਲੋਂ ਆਇਆ ਕੋਈ ਨਹੀਂ ਪਲਾਨ ਵੀ ਪਾਕਿਸਤਾਨ ਆਉਣਾ। ਇਸੇ ਤਰ੍ਹਾਂ ਦੀ ਇੱਕ ਮਿਸਾਲ ਹੈ ਅਰਮਿੰਦਰ ਗਿੱਲ ਸਾਹਿਬ ਦੀ, ਕਿ ਉਹ ਜਿਹੜਾ ਨਾ ਇਸ ਟਾਈਮ ਸਭ ਕੰਟੀਨੈਂਟ ਦੇ ਜਿਹੜੇ ਅਦਾਕਾਰ ਨੇ, ਪਾਕਿਸਤਾਨੀ ਕਾਮੇਡੀਅਨ ਨੇ ਜਾਂ ਇੰਡੀਅਨ ਅਦਾਕਾਰ ਨੇ, ਇਹਨਾਂ ਨੂੰ ਬੁਲਾਉਂਦੇ ਨੇ, ਬੁਲਾ ਕੇ ਇਹਨਾਂ ਦੇ ਨਾਲ ਪ੍ਰੋਪਰ ਜਿਹੜੀ ਪੰਜਾਬੀ ਫਿਲਮਾਂ ਸ਼ੂਟ ਕਰੀਦੀਆਂ ਨੇ ਉਹ ਹੁੰਦੀਆਂ ਨੇ, ਰਿਲੀਜ਼ ਹੁੰਦੀਆਂ ਨੇ। ਅਤੇ ਕੋਈ ਦੱਸੋ ਕਿ ਮਜ਼ੀਦ ਕੋਈ ਇਸ ਤਰ੍ਹਾਂ ਦੇ ਵੱਡੇ ਵੱਡੇ ਨਾਮ ਜਿਹੜੇ ਨੇ ਉਹ ਕੋਈ ਰਾਬਤਾ, ਕੋਈ ਐਸਾ ਕੋਈ ਗੱਲਬਾਤ ਹੋਵੇ ਕਿ ਲੋਕ, ਜ਼ਰੀ ਜਿਹੀ ਗੱਲ ਹੈ ਕਿ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਕਦੋਂ ਟਾਈਮ ਆਏਗਾ ਕਿ ਜਦੋਂ ਪਾਕਿਸਤਾਨੀ ਅਦਾਕਾਰ ਉੱਧਰ ਅਤੇ ਉੱਧਰ ਦੇ ਇੱਧਰ ਹੋਣ। ਵੇਖੋ ਤਕਰੀਬਨ ਸਾਰੇ ਉਹਨਾਂ ਦੇ ਆਰਟਿਸਟ ਜਿਹੜੇ ਨੇ ਉਹ ਰਾਬਤੇ 'ਚ ਨੇ, ਰਾਬਤਾ ਕਰਦੇ ਰਹਿੰਦੇ ਨਾ, ਸਾਰਿਆਂ ਦਾ ਦਿਲ ਹੈ ਉਹਨਾਂ ਦਾ ਆਉਣ ਦਾ, ਪਾਕਿਸਤਾਨ ਘੁੰਮਣ ਦਾ, ਪਾਕਿਸਤਾਨ ਆਉਣ ਦੀ ਬਹੁਤ ਖਾਹਿਸ਼ ਹੈ। ਜਿਵੇਂ ਕਰਨ ਔਜਲਾ, ਇੱਕ ਉਹਦੇ ਨਾਲ ਮੁੰਡਾ ਹੁੰਦਾ, ਇੱਕੀ ਉਹ ਆਪਣਾ ਦੋਸਤ ਆ, ਉਹਨਾਂ ਆਉਂਦੇ ਸੀ ਪਿੱਛੇ। ਕਰਨ ਔਜਲੇ ਨਾਲ ਵੀ ਕੋਈ ਗੱਲ ਹੋਈ? ਹਾਂਜੀ, ਉਹਦੇ ਨਾਲ ਨਹੀਂ, ਉਹਦਾ ਮੁੰਡਾ ਦੋਸਤ ਸੀ ਇੱਕੀ, ਜਿਹੜਾ ਉਹ ਆਪਣਾ ਫਰੈਂਡ ਆ, ਇਕਵਿੰਦਰ ਨਾਂ ਉਹਦਾ, ਅਤੇ ਉਹਨਾਂ ਦਾ ਪਲੈਨ ਹੈ ਆਉਣ ਦਾ। ਅੱਜ ਜਨਵਰੀ ਫਰਵਰੀ ਦਾ ਸ਼ਰੀਰ ਲੰਘ ਗਈ ਹੈ, ਲੇਕਿਨ ਬਣਿਆ ਨਹੀਂ। ਮੈਂ ਫਿਰ ਅੱਜ ਸਗੋਂ ਉਹਨੂੰ ਮੈਸੇਜ ਕੀਤਾ ਸੀ ਵੀ ਕੀ ਪ੍ਰੋਗਰਾਮ ਹੈ ਦੱਸੋ। ਅਤੇ ਬਾਕੀ ਹੋਰ ਬਹੁਤ ਸਾਰੇ ਦੋਸਤ ਨੇ, ਜਿਵੇਂ ਹੈਪੀ ਰਾਏ ਕੁੱਟੀ ਆ, ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਉਹ ਵੀ ਆਉਣ ਦੀ ਖਾਹਿਸ਼ ਰੱਖਦੇ ਆ, ਆਉਣਗੇ, ਹੋਪਫੁਲੀ ਜਲਦ ਆਉਣਗੇ। ਮੈਂ ਨਾ ਵੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਵੀ ਫਿਲਮ ਜੇ UK 'ਚ ਜਾ ਕੇ ਬਣਾਉਂਦੇ ਆ, ਜੇ ਆਪਣੇ ਮਾਮਲਾ ਠੀਕ ਹੋਣ, ਜਿਹੜਾ ਉਹ 2.5-3 ਕਰੋੜ ਇੰਡੀਅਨ, 2.5-3 ਕਰੋੜ, 4 ਕਰੋੜ, 5 ਕਰੋੜ ਜਾ ਕੇ ਲਾਉਂਦੇ ਆ ਉੱਥੇ UK, ਉਹ ਇੱਥੇ ਬਣਾਓ, ਹਾਂ ਪਾਕਿਸਤਾਨ ਬਹਿ ਕੇ ਬਣਾਓ, ਤੁਹਾਡੇ ਪੈਸੇ ਵੀ ਉਹਨਾਂ ਦੇ ਘੱਟ ਲੱਗਣਗੇ, ਅਤੇ ਉਹ 3-4 ਕਰੋੜ ਇੰਡੀਅਨ ਪਾਕਿਸਤਾਨ ਹੀ ਆਊਗਾ ਨਾ, ਅਤੇ ਇਹ ਸਾਡੀ ਵੀ ਇਕੋਨਮੀ ਵੀ ਸਟਰੋਂਗ ਹੋਊ, ਜਿਹੜੇ ਏਰੀਆਜ਼ ਦੇ ਵਿੱਚ ਸ਼ੂਟ ਹੋਊ ਉੱਥੋਂ ਦੇ ਲੋਕਾਂ ਦਾ ਵੀ ਰੁਜ਼ਗਾਰ ਬਣੂਗਾ, ਅਤੇ ਆਉਣਾ ਜਾਣਾ ਵੀ ਮੈਨੂੰ ਲੱਗਦਾ ਵੀ ਬਹੁਤਾ ਔਖਾ, ਨਾ ਫਲੈਟ ਦੀ ਲੋੜ, ਨਾ ਲੈਣੀ ਨਾ ਦੇਣੀ, ਅਤੇ ਇੱਥੇ ਹੀ ਸਾਰਾ ਕੰਟੈਂਟ ਕ੍ਰੀਏਟ ਹੋਊਗਾ, ਇੱਧਰ ਕਰ ਲੈਣ ਉੱਧਰ। ਜਿਵੇਂ ਅਸੀਂ ਹੁਣ ਸਾਂਝਾ ਪੰਜਾਬ ਫਿਲਮ ਕੀਤੀ ਸੀ, ਅੱਧੀ ਅਸੀਂ ਉੱਧਰ ਸ਼ੂਟ ਕੀਤੀ, ਅੱਧੀ ਇੱਧਰ ਕੀਤੀ, ਅਤੇ ਖਰਚਾ ਵੀ ਘੱਟ ਆਇਆ, ਅਤੇ ਲੋਕਾਂ ਦਾ ਇੰਟਰਸਟ ਵੀ ਬਣਿਆ, ਕਿਉਂ ਇੱਧਰਲੇ ਲੋਕਾਂ ਆਖਿਆ ਵੀ ਇੱਥੇ ਬਣੀ ਆ, ਉੱਧਰਲੇ ਆਖਿਆ ਵੀ ਅੱਧੇ ਇੱਥੇ ਬਣੀ ਆ, ਸਾਰੇ ਲੋਕਾਂ ਫਿਰ ਵੇਖੀ। ਕੀ ਲੱਗਦਾ ਕਿ ਨਾਸਿਰ ਢਿੱਲੋਂ ਨੂੰ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ 'ਚ ਕੀ ਇੱਕ ਬੇਸਿਕ ਫਰਕ ਲੱਗਦਾ, ਚਾਹੇ ਲੋਕਾਂ ਦੇ ਹਵਾਲੇ ਨਾਲ ਹੋਵੇ, ਕਲਚਰ ਦੇ ਹਵਾਲੇ ਨਾਲ ਹੋਵੇ? ਇਹ ਫਰਕ ਉੱਥੇ ਵੇਖੋ, ਵੈਸੇ ਤਾਂ ਫਰਕ ਕੋਈ ਨਹੀਂ ਗਾ, ਅਸੀਂ ਸਾਰੇ ਇੱਕੋ ਜਿਹੇ ਹਾਂ। ਮੈਨੂੰ ਆਉਂਦੇ ਹੁੰਦੇ ਆ ਵੀ ਜਿਹੜੇ ਉੱਧਰੋਂ ਲੋਕ ਆਉਂਦੇ ਨਾ, ਯਾਰ ਤੂੰ ਸਾਡੇ ਵਰਗਾ ਹੀ ਬੋਲਦਾ, ਮੈਂ ਇਹਨਾਂ ਨਾ ਵੀ ਮੂੰਹ ਜੂ ਤੁਹਾਡੇ ਵਰਗਾ, ਵੀ ਅਸੀਂ ਹੈ ਜੀ ਇੱਕੋ ਕੁਛ ਹੈ ਜੀ ਜੀ, ਫਰਕ ਤਾਂ ਹੈ ਕੋਈ ਨਹੀਂ ਗਾ। ਫਰਕ ਇਹ ਹੀ ਆ ਵੀ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਆ, ਅਸੀਂ ਆਪਣੀ ਬੋਲੀ ਤੋਂ ਵਿਸਰ ਗਏ ਹਾਂ, ਅਸੀਂ ਆਪਣਾ ਸਾਰਾ ਕੁਛ ਖੁੰਝ ਲਿਆ। ਉੱਧਰ ਡਿਵੈਲਪਮੈਂਟ ਜ਼ਿਆਦਾ ਆ ਗਈ ਆ, ਮਤਲਬ ਪੈਸਾ ਧੇਲਾ ਜ਼ਿਆਦਾ, ਬਹੁਤੇ ਲੋਕ ਬਾਹਰ ਨੇ, ਡਿਵੈਲਪਮੈਂਟ ਜ਼ਿਆਦਾ ਵਾ, ਪਿੰਡਾਂ ਤੱਕ ਸਟਰਕਚਰ ਜਿਹੜਾ ਵਧੀਆ ਵਾ, ਸਾਡੀ ਉਹ ਥੋੜ੍ਹਾ ਜਿਹਾ ਪਿੰਡਾਂ ਦਾ ਸਟਰਕਚਰ ਮਾੜਾ ਆ ਹਾਲਾਤ। ਉੱਧਰ ਜ਼ਿਮੀਦਾਰਾ ਵਧੀਆ, ਇਸ ਤੋਂ ਵੀ ਉੱਥੇ ਇੱਕ ਤਾਂ ਟੋਲਾਂ ਦਾ ਪਾਣੀ ਫ੍ਰੀ ਆ, ਖਾਦਾਂ ਸਸਤੀਆਂ, ਉੱਥੇ MSP ਦਿੰਦੇ, ਮਿਨੀਮਮ ਸਪੋਰਟ ਪ੍ਰਾਈਸ ਦਿੰਦੇ ਜ਼ਿਮੀਦਾਰਾਂ ਨੂੰ, ਸਾਡੇ ਇੱਥੇ ਉਹ ਸਟਰਕਚਰ ਨਹੀਂ ਹੈਗਾ ਹਲੇ, ਉੱਥੋਂ ਅਸੀਂ ਪਿੱਛੇ ਹਾਂ। ਅਤੇ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਆ ਵੀ ਅਕਸਰ ਮੈਨੂੰ ਕੁਐਸਚਨ ਆਉਂਦਾ ਹੁੰਦਾ ਵੀ ਸਾਡੇ ਇੱਧਰਲੇ ਪਾਸੇ ਵੀ ਨਸ਼ਾ ਬਹੁਤਾ ਵਾ, ਮੈਨੂੰ ਲੱਗਦਾ ਨਹੀਂ ਉੱਧਰਲੇ ਪੰਜਾਬ 'ਚ, ਅਤੇ ਮੈਨੂੰ ਲੱਗਦਾ ਵੀ ਸਾਡੇ ਇੱਧਰਲੇ ਪਾਸੇ ਇੰਨਾ ਨਹੀਂ ਹੈ ਜਿਵੇਂ ਉਹ ਦੱਸਦੇ ਆ, ਆਂਦੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਵਾ। ਸੋ ਮੈਨੂੰ ਲੱਗਦਾ ਵੀ ਇਸ ਪੱਖੋਂ ਅਸੀਂ ਠੀਕ ਹਾਂ ਵੀ ਸਾਡੇ ਇੰਨਾ ਨਹੀਂ ਹੈਗਾ। ਸੋ ਮੈਨੂੰ ਲੱਗਦਾ ਇਹ ਵੀ ਨਹੀਂ ਹੋਣਾ ਚਾਹੀਦਾ, ਅਤੇ ਇਹ ਵੀ ਇਹਦੇ ਪਿੱਛੇ ਵੀ ਬੜੀ ਕੌਨਸਪਰੈਂਸੀ ਆ ਵੀ ਕਿਉਂ ਨਸ਼ਾ ਵਾ, ਕਿਉਂ ਇਹ ਸਾਰਾ ਕੁਛ ਹੈ। ਆਖਰੀ ਸਵਾਲ ਮੇਰਾ, ਗਿੱਪੀ ਗਰੇਵਾਲ ਸਾਹਿਬ ਦਾ ਜਿਹੜਾ ਨਾ ਇੱਕ ਸਟੇਟਮੈਂਟ ਸੀ ਇੱਕ ਇੰਟਰਵਿਊ 'ਚ, ਉਹ ਬੜੀ ਬਹੁਤ ਜ਼ਿਆਦਾ ਪਾਕਿਸਤਾਨ ਵਾਸਤੇ ਵਾਇਰਲ ਹੋਈ। ਉਹਨਾਂ ਨੇ ਕਿਹਾ ਕਿ ਮੈਂ ਜਦੋਂ ਸ਼ਾਇਦ ਲਾਹੌਰ ਤੋਂ ਇਸਲਾਮਾਬਾਦ ਟਰੈਵਲ ਕਰ ਰਿਹਾ ਸਾਂ ਬਾਈ ਮੋਟਰਵੇ, ਅਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਕੈਨੇਡਾ 'ਚ ਫਿਰ ਰਿਹਾ,
ਹੁਣ ਵੀ ਜਿਵੇਂ ਸੋਨੀਆ ਮਾਨ ਆਈ ਸੀ ਉੱਥੇ ਜਾ ਕੇ, ਅੱਜ ਇੰਟਰਵਿਊ ਪਬਲਿਸ਼ ਹੋਇਆ ਤੇ ਉਹਨਾਂ ਦੱਸਿਆ ਜਾ ਕੇ, ਸਾਨੂੰ ਲੱਗਦਾ ਹੁੰਦਾ ਵੀ ਨੋਰਮਲ ਜੀ ਗੱਲ ਹੈ, ਲੇਕਿਨ ਉਹਨਾਂ ਵਾਸਤੇ ਬੜੀ ਅਹਿਮ ਗੱਲ ਹੁੰਦੀ ਹੈ ਵੀ ਉੱਧਰ ਏਡਾ ਜਿਹੜਾ ਵੱਡੇ ਰੋਡ ਸਟਰਕਚਰ ਏਡਾ ਹੈ ਵਧੀਆ ਨਹੀਂ ਹੈਗਾ ਜਿੱਦਾਂ ਆਪਣੇ ਵਧੀਆ ਆਪਣੇ ਰੋਡ ਡਿਵੈਲਪ ਨਹੀਂ ਹੈ ਰੋਡ ਸਟਰਕਚਰ। ਹਾਂ ਰੋਡ ਵੇਖੋ ਡਿਵੈਲਪਮੈਂਟ ਜਿਹੜੀ ਉੱਥੇ ਪਿੰਡਾਂ ਪੁੰਡਾਂ ਦੇ ਵਿੱਚ ਜਾਂ ਓਵਰਆਲ ਡਿਵੈਲਪਮੈਂਟ ਵਧੀਆ, ਲੇਕਿਨ ਵੱਡੇ ਜਿਹੜੇ ਹਾਈਵੇਜ਼ ਨੇ ਇਸ ਤਰ੍ਹਾਂ ਦੇ ਨਹੀਂ ਹੈ। ਤੋ ਇੱਥੋਂ ਵਾਲੇ ਹਾਈਵੇ ਸਾਡੇ ਜਿਹੜੇ ਉਹਨਾਂ ਨੂੰ ਜਿਹੜੇ ਆਉਂਦੇ ਉਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਬਾਹਰ ਅਮਰੀਕਾ ਕੈਨੇਡਾ ਵਾਲੇ